चल उस्ताद भी सारा नी बीबी का चिकिर्ती च कढ देंगा मैं चिकिर्ती च कढ देंगा कुट दे सू ना कर ਸਵੇਰ ਦਾ ਕੁਛ ਨਹੀਂ ਖਾਦਾ ਨਾ ਪੀਤਾ ਉਹੀ ਤੇ ਮੈਂ ਸੋਚਣਾ ਪਿਆ ਕਿ ਹੁਣ ਮੁਫਤ ਬੜੀ ਕਿੱਥੋਂ ਲਾਣੀ ਆ ਸੀ ਤੂੰ ਜਲੇਬੀਆਂ ਖਵਾਈਆਂ ਮੈਂ ਮੰਨਣਾ ਤੇ ਹਾਂਜੀ ਜਲੇਬੀਆਂ ਖਾਧੀਆਂ ਸਨ ਖਾਧੀਆਂ ਉਸ ਤੋਂ ਬਾਅਦ ਅਸੀਂ ਕਿਨੂੰ ਵੀ ਖਾਦੇ ਸਨ ਹਾਏ 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 ਮਜ਼ੇ ਆ ਗਏ ਸਨ ਮਜ਼ੇ ਆ ਗਏ ਤੇ ਹੁਣ ਮੈਂ ਕਹਿੰਦਾ ਕੁਝ ਪੀਣ ਨਾਲ ਲਿਕਵਿਡ ਅੰਦਰ ਜਾਵੇ ਸਾਡੇ ਕੀ ਓਏ ਰਿਜ਼ਕ ਰਿਜ਼ਕ ਅੱਜ ਸਾਨੂੰ ਲੱਭ ਲੈਂਦਾ ਰਿਜ਼ਕ ਜਿੱਥੇ ਵੀ ਸਾਡੀ ਮੁਫਤ ਬੜੀ ਹੈ ਸਾਡੇ ਮੰਗੇ ਚ ਬਰਕਤ ਪੈ ਗਈ ਮੰਗਤ ਪਰਪਤਾ ਹੀ ਚਲੋ ਆਓ ਇਹਨੂੰ ਇੱਥੇ ਜੂਸ ਦਾ ਆਰਡਰ ਦੇਣਾ ਹੈ 400 ਬੰਦੇ ਦਾ 400 ਬੰਦੇ ਦਾ 400 ਗਲਾਸ ਨਾਲ ਛੋਟਾ ਅੱਛਾ ਆਏ ਵੀਏਪੀ ਬਸ ਉਹਨੇ ਫਸ ਜਾਣਾ ਇੱਕ ਇੱਕ ਡੇਢ ਡੇਢ ਗਲਾਸ ਪੀਓ ਮਰ ਜਾਏਗਾ ਆ ਜੋ ਇਹਦੇ ਕੋਲ ਚੱਲ ਹਾਏ 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 ਜੀ ਅਸਲਾਮ ਅਲੈਕਮ ਜੀ ਕੀ ਹਾਲ ਭਾਈ ਜੀ ਬਿਲਕੁਲ ਠੀਕ ਆ ਮੈਨੂੰ ਤੇਰੀ ਸਫਾਈ ਸੁਥਰਾਈ ਤੋਂ ਸਾਰੇ ਕੰਮ ਤੋਂ ਇੰਜ ਲੱਗ ਰਿਹਾ ਤੇ ਤੇਰਾ ਸਾਡਾ ਸੌਦਾ ਬਣ ਜਾਣਾ ਭਾਈ ਅਸੀਂ ਸੌਦਾ ਜੂਸ ਵੇਚਦੇ ਆ ਗਾਜਰਾਂ ਮੰਡੀ ਦੇ ਲਈ ਆਈਆਂ ਸਭ ਤੋਂ ਪਹਿਲਾਂ ਡੇਢ ਘੰਟਾ ਲਾ ਕੇ ਧੋਈਆਂ ਉਹ ਮੰਡਿਆ ਉਹ ਕੁੱਟੀਆਂ ਰੱਖ ਗਾ ਗਾਏ ਆ ਨਹੀਂ ਨਹੀਂ ਇੱਥੇ ਖਲੋ ਗਾ ਸੰ ਗਾ ਖਲੋ ਕੇ ਖਲੋ ਇੱਧਰ ਆ ਗਲਾਸ ਕਿੰਨੇ ਦਾ ਭੈਣ ਗਲਾਸ ਭਾਜੀ ਛੋਟਾ 80 ਰੁਪਏ ਦਾ ਅੱਛਾ ਵੱਡਾ ਆਪਣਾ ਨਹੀਂ ਛੋਟਾ 60 ਰੁਪਏ ਦਾ ਵੱਡਾ 80 ਰੁਪਏ ਦਾ ਪਹਿਲੇ ਸਿੱਖ ਲੈ ਉਹ ਸਿੱਖਿਆ ਵੀ ਮੈਂ ਖਰਾਦ ਦਾ ਕੰਮ ਕਰਨ ਦੇ ਆ ਸਿੱਖ ਲੈ ਪਹਿਲੇ ਨਹੀਂ ਨਹੀਂ ਤੁਸੀਂ ਕਰਦੇ ਪਏ ਜਿਵੇਂ ਬਾਹਰ ਲਿਖਿਆ ਹੁੰਦਾ ਵੱਡਾ ਛੋਟਾ 10 ਰੁਪਏ ਮੈਂ ਬਾਥਰੂਮ ਅੱਗੇ ਬੈਠਾ ਵੱਡਾ ਛੋਟਾ 10 ਰੁਪਏ ਕੀ ਗਾਜੇ ਦਾ 60 ਰੁਪਏ ਦਾ ਵੱਡਾ 80 ਰੁਪਏ ਦਾ ਆਪਣਾ ਚਕੋਤਰੇ ਦਾ ਵੀ ਅੱਛਾ 100 ਰੁਪਏ ਦਾ ਚਕੋਤਰਾ ਫੜ ਆ ਫੜੀ ਇਹਦੇ ਹੱਥ ਨਾਲ ਲਵਾਈ ਮੈਂ ਨਹੀਂ ਇੱਕ ਵੀ ਜੂਸ ਪੀਣਾ ਐਰਾ ਨਜ਼ਰ ਵੱਟੂ ਰੱਖੇ ਨਾਲ ਇਹ ਚਾਚਾ ਮੇਰਾ ਫੜੋ ਚੈੱਕ ਕਰੋ ਆਹੋ ਓਏ ਉਸਤਾਦ ਦਾ ਖਰਾਬ ਹੀ ਓਏ ਐਵੇਂ ਇਹ ਖਰਾਬ ਤੁਹਾਨੂੰ ਪਿਆਣਾ ਤੂੰ ਇਹਦਾ ਜੂਸ ਭਾਈਜਾਨ ਜੂਸ ਕੱਢ ਜੂਸ ਕੱਢ ਤੂੰ ਵਿੱਚੋਂ ਬਿਲਕੁਲ ਠੀਕ ਆ ਅਸੀਂ ਆ ਗਾਹਕ ਵੱਡੇ ਤਮੀਜ਼ ਨਾਲ ਗੱਲ ਕਰੀ ਹੁਣ ਤੁਹਾਡੇ ਨਾਲ ਟਾਈ ਲਾ ਕੇ ਗੱਲ ਕਰ ਲਵਾਂ ਗੱਲ ਬੜਾ ਕਿਦਾਂ ਸਾਰਿਆਂ ਤੋਂ ਪਹਿਲੇ ਸਾਡਾ ਫੰਕਸ਼ਨ ਹੈ ਇੱਕ ਬੜਾ ਵੱਡਾ ਸ਼ਾਦੀ ਫੰਕਸ਼ਨ ਸ਼ਾਦੀ ਫੰਕਸ਼ਨ ਅੱਛਾ ਅੱਛਾ 400 ਬੰਦਾ ਵਾ ਅੱਛਾ 400 ਬੰਦਾ 400 ਬੰਦਾ ਹੈ 500 ਹੋ ਜਾਏਗਾ ਬੰਦਾ 500 ਸਾਨੂੰ ਇੱਕ ਗਲਾਸ ਨਾਲ ਛੋਟਾ ਗਲਾਸ ਚਾਹੀਦਾ ਮਤਲਬ ਕਿ ਆ ਵੇਖੋ ਨਾ ਆ ਵੱਡਾ ਵਾ ਇਹਨੂੰ ਨਾ 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 ਇਹ ਤੇ ਮਾਹੌਲ ਖਰਾਬ ਕਰਨ ਵਾਲਾ ਮੱਗ ਆ ਹਾਂਜੀ ਇਹ ਗਲਾਸ ਆ ਅੱਛਾ ਇਹਦੇ ਨਾਲ ਛੋਟਾ ਨਹੀਂ ਹੁੰਦਾ ਲਾਹੌਰ ਵਾਲ ਜਾਈਏ ਤੇ ਨਾਲ ਇੱਕ ਬੱਚਾ ਹੁੰਦਾ ਹੁੰਦਾ ਅੱਛਾ ਹਾਂ ਇਹ ਪਹਿਲੇ ਸਾਨੂੰ ਚੈੱਕ ਕਰਾਓ ਤਾਂ ਕਿ ਅਸੀਂ ਪੀਏ ਫਿਰ ਤੁਹਾਨੂੰ ਆਰਡਰ ਹਾਂ ਚੈੱਕ ਕਰਾਓ ਕਰਾਓ ਚੈੱਕ ਆ ਵੀ ਤੂੰ ਖਾਈ ਜਾਂਦਾ ਪਿਆ ਤੂੰ ਪਤਾ ਨਹੀਂ ਕਦੋਂ ਦਾ ਭੁੱਖਾ ਹਾਂ ਉਹਦੇ ਹੱਥ ਨਾਲ ਲਵਾਈ ਗਲਾਸ ਹੋਰ ਕੁਦਰੀ ਤੋਂ ਆਇਆ ਕਿਤੇ ਉਹ ਯਾਰ ਚਾਚਾ ਮੇਰਾ ਵਾ ਬੜਾ ਸਾਫ ਸੁਥਰਾ ਚਾਚਾ ਇਹਨੇ ਨਾ ਹਾਂਡੀ ਸਾੜ ਕੇ ਬੰਨੀ ਨਾਲ ਤੂੰ ਆਵੇ ਅੱਜ ਲੱਗਦਾ ਸਾਲ ਬਾਅਦ ਵੀ ਲੱਗੇ ਨੇ ਹਾਂ ਬਾਕਾਣਾ ਨਹੀਂ ਕਰੀਦੀ ਵੱਡੇ ਕਾਰਨ ਦਾ ਸਿਰ ਚੰਡ ਮਾਰੇ ਗਲਾਸ ਬਣਾ ਯਾਰ ਸ਼ਹਿਜ਼ਾਦੇ ਚਲੋ ਠੀਕ ਹੈ ਭਾਜੀ ਕਿਉਂਕਿ ਅਸੀਂ ਚੈੱਕ ਕਰਾਂਗੇ ਕਿ ਵੀ ਕੋਈ ਨਾ ਇਹ ਸਗਣਾ ਦੇ ਦਿਨ ਰੋਜ਼ ਰੋਜ਼ ਨਹੀਂ ਆਣੇ ਮੈਂ ਕਹਿੰਦਾ ਜੀ ਰੋਜ਼ ਰੋਜ਼ ਕਦੋਂ ਆਉਂਦੇ ਆ ਸ਼ਗਨ ਪਾਈਏ ਨਾ ਵਿੱਚੋਂ ਐਂ ਟਾਲਾ ਜਿਹੜਾ ਹੱਥ ਤੇ ਮਹਿੰਦੀ ਲੱਗਾ ਹੁੰਦਾ ਨੋਟ ਹੁੰਦਾ ਨਾ ਪੰਜਾਂ ਦਾ ਇੱਧਰ ਚਾਚੇ ਦਾ ਉਂਜ ਦਾ ਮੂੰਹ ਹੀ ਚਾਚੇ ਦਾ ਜਦੋਂ ਵਿਆਹ ਹੋਇਆ ਨਾ ਤੁਹਾਨੂੰ ਨਹੀਂ ਪਤਾ ਕਿ ਕਿੰਨੀ ਰੌਣਕ ਮੇਲਾ ਲੱਗੀ ਹੈ ਪੂਰੇ ਇਲਾਕੇ ਦੀਆਂ ਚੜੇਲਾਂ ਇਹਦੇ ਵਿਆਹ ਤੇ ਆਈਆਂ ਅੱਛਾ ਯਾਰ ਤੂੰ ਜੂਸ ਬਣਾ ਆਵੇ ਆਪਣਾ ਚਾਚਾ ਵੇਖ ਜ਼ਰਾ ਮਾਰੇ ਵਿਆਹ ਤੇ ਬੀਤੀ ਚਾਹੀਦਾ ਸ਼ੁਹਾਰਾ ਲਾਜ਼ਮੀ ਨਿਕਲਦਾ ਚਾਚੇ ਦਾ ਮੂੰਹ ਜਿਵੇਂ ਬਿੱਲੀ ਪੁੱਠੀ ਤੋਰੀ ਹੁੰਦੀ ਹੈ ਯਾਰ ਇਹ ਸਭ ਪਤਾ ਕਰਨ ਆਇਆ ਵੇ ਯਾਰ ਇਹ ਛੋਈ ਪਤਾ ਕਰਨ ਆਇਆ ਬਿੱਲੀ ਕਿਵੇਂ ਟੁੱਟੀ ਹੈ ਤੁਸੀਂ ਦੱਸੋ ਚਾਚਾ ਕਹਿੰਦਾ ਤੁਹਾਡਾ ਉਹ ਚਾਚਾ ਮੇਰਾ ਚੰਗਾ ਭਲਾ ਵਾ ਮੈਨੂੰ ਜੂਸ ਜਿਹੜੇ ਕੰਮ ਆਇਓ ਪਹਿਲੇ ਉਹ ਕਰੋ ਪਹਿਲੇ ਜੂਸ ਪਿਆਓ ਤੁਸੀਂ ਭਾਈ ਜੂਸ ਪਿਆਓ ਜੀ ਜੂਸ ਮੈਂ ਨਾ ਕੋਈ ਦੱਸਿਆ ਦਾ ਗਏ ਆ ਹੋ ਗਿਆ ਪਾ ਕਿਨੂੰ ਪਾ ਕਿਨੂੰ ਕਾਦੇ ਲਈ ਛਿੱਲੇ ਬਿੱਲੀਆਂ ਵਿੱਚ ਖੋਲ ਜਰਾ ਇਹਨੂੰ ਉਹ ਮੈਂ ਪਾਉਣੀ ਆ ਤੇ ਤੂੰ ਪਾਉਣਾ ਆ ਯਾਰ ਅਸੀਂ ਤੈਨੂੰ ਆਰਡਰ ਦੇਣਾ ਵੱਡਾ ਤੂੰ ਕਿ ਆਰਡਰ ਤੂੰ ਪਹਿਲੇ ਆ ਚੈੱਕ ਤੇ ਕਰ ਲੈ ਪਹਿਲੇ ਗਲਾਸ ਨਹੀਂ ਉਹ 400 ਲੈਣਾ ਅੱਖਾਂ ਥੱਲੇ ਕਰ ਲੈ ਪਿਆ ਕੀ ਗੱਲ ਆ ਇੱਕ ਮਤਰਾ ਗਾ ਕਾ ਕਿੱਥੇ ਲੱਗਾ ਮੈਨੂੰ ਪਤਾ ਪਹਿਲੇ ਜੂਸ ਚੈੱਕ ਕਰੋ ਅੱਖਾਂ ਥੱਲੇ ਕਰ ਲਓ ਜੀ ਚਲੋ ਇਹ ਗਲਾਸ ਦਿਓ ਜੀ ਇਹ ਵਾਲਾ ਇਹ ਗਲਾਸ ਤੋਂ ਹੋ ਜੀ ਓਏ ਇੱਕ ਮੌਕਲ ਉਹ ਨਹੀਂ ਇਹਦੇ ਕੋਲ ਤੂੰ ਆ ਉਹ ਉਹਦੇ ਹੱਥ ਪਤਾ ਨਹੀਂ ਆ ਪਤਾ ਨਹੀਂ ਧੋਂਦਾ ਕਿ ਨਹੀਂ ਹੱਥ ਇਹ ਬਾਤ ਹੈ ਉੱਤੇ ਰੱਖ ਕੇ ਜ਼ਰਾ ਓਏ ਇੱਦਾਂ ਹੀ ਚੁੱਪ ਕਰ ਗਾ ਗਾਏ ਆ ਇਹਨੂੰ ਚੰਡ ਮਾਰ ਤੇ 400 ਗਲਾਸ ਮਨ ਮਿਸ ਹੋਏ ਨੇ ਤੇਰਾ ਇਹ ਹਲਾ ਇਹਦੇ ਨਾਲ ਹੀ ਹਲਾ ਇਹਦੇ ਨਾਲ ਹਲਾ ਫੂਡ ਹਾਂਜੀ ਇੱਕ ਉਸਤਾਦ ਮੈਂ ਤੈਨੂੰ ਦੱਸਣਾ ਪੀ ਕੇ ਕੀ ਇਹਦਾ ਬੇਅਦਬੀ ਨਾ ਕਰ
जूस लगा चुम के दस दे मिठा के फीका उस्ताद एक मिनट बना होर ओ यार अगे जूस बनाया के अगे गलकंद बनाई है ओ तू ऑर्डर नहीं लेना साडे कोलो ऑर्डर लेना पहलो ओने पी ते लिया वा एक गिलास चेंज करना वास्ते पी लिया 400 गिलास दा ऑर्डर नहीं देना मैं ओए ऑर्डर तुसी बाद चो देना ओ मेरे ना गल्ला मेरे ना मखोल ओ मखोल हो ते मैं बहुत कुछ करना पैसे दसो किथे कड्डो पैसे देंगे ए किन्ने दा गिलास 50 रुपए दा ना ओए 60 रुपए दा तू पीछे नु जाने लोकी दुनिया तरक्की करी जानी तू पीछे नु आई जा ओ गाजना सस्ती आईयां मंडी जाओ ते तोड़ा मिल जांदा वे 300 रुपए दा ओ 300 रुपए दा सुबह सुबह मंडी जाके देख अगले हां शरीयत दे खिलाफ नैन नक्शा छेचियां गाजर हाथ बहा अब मेरे को ते मोर मेरा खलोता मेरे शगिर्द ने पीना की गल चेक करा जरा आ गाजर पानी है बड़ी पसंद है मेरे शगिर्द ले गाजर दे संग चढ़ जानी की और पवा ला आ गाजर पा दम ए पसंद है यार लाल लाल सही गाजर लाल लाल पानी लाल पीलियां गाजरा जा काली तकलीफ वाली पा चंगी जी तकलीफ ओ यार की चुक्की जा पता नहीं तुसी भी हाथ धोते कि नहीं धोते यार गाजर चुक चुक खाई मशीन टीसीएस करा लिये खोल मशीन गाजर मार के मैं तुहाडा खुन्ना खोल देना मशीन बाद चो खोलनी ना कहंदे कि ने मक्खू ठप्पिया इधर तो संतोष खलोता यार तुहानू जोगता ना कर तू ऑर्डर कटी जाना पा जराफे जराफे दा मुंडा लगन दे दा सनी दे पर लगन ने मेनू ओ चाचा इना दे धौण च क्यों नहीं सुटदा ओए भाईया जा मुंह में ओए 1 मिनट ओए ओए 1 मिनट ओए बंदे ने तू को ओए 1 मिनट ओए 1 मिनट पैसे कड्डो किथे एक गिलास पीता ना यार मैं मेनू चेक ते करा तन्नू देने पैसे थल्लों दी आ जिवें तन्नू हाथ ना लाई ओ किन्नू ना हाथ ना वा तन्नू हाथ ना लाई ओ पैसे कड्डो जेड़ा जूं गाटी मारनी तेरे गाटी मारनी चीनी खावांगा तू टेंशन नहीं लैनी है डॉक्टर को चेक किया मोटरसाइकिल ਉਹ ਬੈਗ ਦੇ ਕੇ ਮੈਂ ਲੈ ਕੇ ਆਇਆ ਮੋਟਰਸਾਈਕਲ ਜੀ ਕਿੱਥੇ ਪਿਆ ਉਹਦੇ ਤੇ ਕਪੜਾ ਹੁੰਦਾ ਗੱਡੀ ਸਾਫ ਕਰਨ ਲਈ ਨਹੀਂ ਉਹ ਬੈਗ ਹੈਗਾ ਵੇਖ ਲੈ ਉਹ ਬੈਗ ਹੋ ਗਿਆ ਤੁਸੀਂ ਮੰਗਦੇ ਹੋ ਤੁਸੀਂ ਦੋਵੇਂ ਜਣੇ ਯਾਰ 1 ਮਿੰਟ ਠਹਿਰ ਜਾ ਮੈਂ ਠੀਕ ਹੋ ਨਾ ਪਵਾਂ ਪੈਸੇ ਦਿਓ 400 ਗਲਾਸ ਦੇ ਪੈਸੇ ਉਹ 400 ਦੇ ਕਈ ਜਣੇ ਹੋ ਜਾ ਓਏ ਇੱਧਰ ਆ ਨਾ ਓਏ ਉਹ ਚਲੇ ਗਏ ਓਏ ਉਹ ਚਲੇ ਗਏ ਉਹ ਚਲੇ ਓਏ ਖੜਾ ਹੀ ਨਾ ਉਹ ਮਾਰ ਹੀ ਨਾ ਦੇ ਅੱਗੇ
तेन जो पता भी गाहक जूस पी के नस के उन्होंने पैसे क्यों नहीं फड़े मांगा मंडी बाकी कामां दा तेन पता वा सारे काम दा पता जी की है यार गाहक दो जूस पी के 400 तक कहंदे सी आर्डर देना दो पी के निकल गए किराया नहीं सी हैगा मैं तेन फड़ के तेन मैं नाज़रीन आपने देखा कितना प्यारा फनी खूबसूरत प्रोग्राम बना जो कि जूस वाली रेडी पे हमने फन किया। बहुत ही प्यारे एक्टर मेरे साथ मौजूद हैं जिन्होंने बहुत ही मेहनत के साथ ये प्रोग्राम को पाए तकमील तक पहुंचाया। मेरे साथ गुड्डू हैं, राजा है और बाको है और आपका मेज़बान मोहसन जट है जिसने बहुत मेहनत के साथ ये प्रोग्राम को तैयार किया। इसी तरह के फनी हकीकत पर मबनी स्टोरी देखने के लिए NA न्यूज़ को वॉच करें, सब्सक्राइब करें, शेयर करें, लाइक करें और फीडबैक देना लाजमी, फीडबैक देना मत भूलिएगा। कमेंट्स में बताइएगा कि हमारा प्रोग्राम आपको कैसा लगा। अपने मेज़बान मोहसन जट को दीजिए इजाज़त। अल्लाह हाफिज़, अल्लाह निगेबान।